ਰੀਲਾਂ ਤੋਂ ਯਾਦ ਆਈ, ਤੁਸੀਂ ਰੀਸੈਂਟਲੀ ਚਾਦਰਾ ਪਾ ਕੇ ਪਾਈ ਹੈ। ਮੈਂ ਕਹਿੰਦੀ ਹਾਂ ਅਸੀਂ ਬੰਦਿਆਂ ਨੂੰ ਵੇਖਿਆ ਚਾਦਰਾ ਪਾਏ, ਤੁਸੀਂ ਹੁਣ ਕੁੜੀਆਂ ਨੂੰ ਇੰਸਪਾਇਰ ਕਰ ਰਹੇ ਹੋ ਕਿ ਕੁੜੀਆਂ ਇੱਕ ਨਵੇਂ ਵੱਖਰੇ ਕਿਰਦਾਰ ਦੇ ਵਿੱਚ ਆਉਣ। ਕਾਫੀ ਵਾਇਰਲ ਹੋਈ ਹੈ। ਹਾਂਜੀ, ਉਹ ਇੱਦਾਂ ਸੀਗਾ, ਉਹ ਸਾਡੀ ਟੀਮ 'ਚ ਸਲਾਹ ਦਿੱਤੀ ਵੀ ਯਾਰ ਵਿਸਾਖੀ 'ਤੇ ਨਾ ਰੀਲ ਪਾਉਣੀ ਹੈ ਕੋਈ ਜੀ। ਮੈਂ ਕਿਹਾ ਕਿੱਦਾਂ ਦੀ ਬਣਾਈਏ ਵੀ ਕੀ ਕਰਨਾ ਚਾਹੀਦਾ ਵੀ ਮੈਨੂੰ ਸਮਝ ਨਹੀਂ ਆ ਰਹੀ। ਫਿਰ ਮੈਂ ਸੋਚਿਆ, ਮੈਂ ਕਿਹਾ ਵੀ ਮੈਂ ਆਪਦੇ ਟੀਮ ਵਾਲਿਆਂ ਨੂੰ ਕਿਹਾ, ਮੈਂ ਕਿਹਾ ਮਨਵੀਰ ਤੂੰ ਕੁਰਤਾ ਚਾਦਰਾ ਸਾਡੇ ਕੋਲ ਪਿਆ ਹੀ ਹੁੰਦਾ, ਕੋਈ ਨਾ ਕੋਈ ਮਤਲਬ ਅਸੀਂ ਰੱਖਿਆ ਹੀ ਹੁੰਦਾ ਬੈਕਅਪ 'ਚ ਵੀ ਇੱਦਾਂ ਦਾ ਕੋਸਟਿਊਮ ਵੀ ਸਾਨੂੰ ਕਦੇ ਲੋੜ ਪੈ ਜੇ। ਤਾਂ ਮੈਂ ਕਿਹਾ ਉਹ ਕੁੜਤਾ ਚਾਦਰਾ ਪਿਆ, ਯੂਜ਼ ਨਹੀਂ ਹੋਇਆ, ਅਤੇ ਮੈਂ ਕਿਹਾ ਉਹ ਅਤੇ ਨਾਲ ਡੱਬੀਆਂ ਵਾਲਾ ਪਰਨਾ ਰੱਖ ਕੇ ਕੰਪੈਨ ਵਾਲੇ ਨਾਲ ਗੱਲ ਕੀਤੀ ਕਿਸੇ, ਅਤੇ ਉਹ ਕਹਿੰਦੇ ਵੀ ਚਲੋ ਸਾਡਾ ਚੱਲ ਰਿਹਾ ਕੰਮ ਵੀ ਤੁਸੀਂ ਆ ਜਾਓ ਕੋਈ ਗੱਲ ਨਹੀਂ। ਅਤੇ ਮੈਂ ਕਿਹਾ ਕੰਬਾਈਨ ਵਾਲੀ ਵੀਡੀਓ ਬਣਾਵਾਂਗੇ। ਫਿਰ ਉੱਥੇ ਕੁਦਰਤੀ ਗਾਣਾ ਚੱਲ ਆ ਗਿਆ ਯਾਦ ਕੰਬਾਈਨ ਵਾਲਾ, ਅਤੇ ਬਣਾ ਕੇ ਪਾਤੀ। ਪੇਂਡੂ ਜੱਟ ਦਾ ਪੁੱਤ ਗੱਲ ਨੇੜੇ ਹੋ ਕੇ ਕਰ ਸੋਣੀਏ, ਨੀ ਹੱਥ ਭਈਏ ਦੇ ਸਨੇਹ ਕੱਲ ਦੀ, ਦੇਖ ਵੱਟ ਤੇ ਖਲੋ ਕੇ ਗੋਰੀਏ, ਨੀ ਕਿਵੇਂ ਜੱਟ ਦੀ ਕੰਬਾਈਨ ਚੱਲਦੀ, ਦੇਖ ਵੱਟ ਤੇ ਖਲੋ ਕੇ ਗੋਰੀਏ, ਨੀ ਕਿਵੇਂ ਜੱਟ ਦੀ ਕੰਬਾਈਨ ਚੱਲਦੀ। ਰੀਲਾਂ ਤੋਂ ਯਾਦ ਆਈ, ਤੁਸੀਂ ਰੀਸੈਂਟਲੀ ਚਾਦਰਾ ਪਾ ਕੇ ਪਾਈ ਹੈ। ਮੈਂ ਕਹਿੰਦੀ ਹਾਂ ਅਸੀਂ ਬੰਦਿਆਂ ਨੂੰ ਵੇਖਿਆ ਚਾਦਰਾ ਪਾਏ, ਤੁਸੀਂ ਹੁਣ ਕੁੜੀਆਂ ਨੂੰ ਇੰਸਪਾਇਰ ਕਰ ਰਹੇ ਹੋ ਕਿ ਕੁੜੀਆਂ ਇੱਕ ਨਵੇਂ ਵੱਖਰੇ ਕਿਰਦਾਰ ਦੇ ਵਿੱਚ ਆਉਣ। ਕਾਫੀ ਵਾਇਰਲ ਹੋਈ ਹੈ। ਹਾਂਜੀ, ਉਹ ਇੱਦਾਂ ਸੀਗਾ, ਉਹ ਸਾਡੀ ਟੀਮ 'ਚ ਸਲਾਹ ਦਿੱਤੀ ਵੀ ਯਾਰ ਵਿਸਾਖੀ 'ਤੇ ਨਾ ਰੀਲ ਪਾਉਣੀ ਹੈ ਕੋਈ ਜੀ। ਮੈਂ ਕਿਹਾ ਕਿੱਦਾਂ ਦੀ ਬਣਾਈਏ ਵੀ ਕੀ ਕਰਨਾ ਚਾਹੀਦਾ ਵੀ ਮੈਨੂੰ ਸਮਝ ਨਹੀਂ ਆ ਰਹੀ। ਫਿਰ ਮੈਂ ਸੋਚਿਆ, ਮੈਂ ਕਿਹਾ ਵੀ ਮੈਂ ਆਪਦੇ ਟੀਮ ਵਾਲਿਆਂ ਨੂੰ ਕਿਹਾ, ਮੈਂ ਕਿਹਾ ਮਨਵੀਰ ਤੂੰ ਕੁਰਤਾ ਚਾਦਰਾ ਸਾਡੇ ਕੋਲ ਪਿਆ ਹੀ ਹੁੰਦਾ, ਕੋਈ ਨਾ ਕੋਈ ਮਤਲਬ ਅਸੀਂ ਰੱਖਿਆ ਹੀ ਹੁੰਦਾ ਬੈਕਅਪ 'ਚ ਵੀ ਇੱਦਾਂ ਦਾ ਕੋਸਟਿਊਮ ਵੀ ਸਾਨੂੰ ਕਦੇ ਲੋੜ ਪੈ ਜੇ। ਤਾਂ ਮੈਂ ਕਿਹਾ ਉਹ ਕੁੜਤਾ ਚਾਦਰਾ ਪਿਆ, ਯੂਜ਼ ਨਹੀਂ ਹੋਇਆ, ਅਤੇ ਮੈਂ ਕਿਹਾ ਉਹ ਅਤੇ ਨਾਲ ਡੱਬੀਆਂ ਵਾਲਾ ਪਰਨਾ ਰੱਖ ਕੇ ਕੰਪੈਨ ਵਾਲੇ ਨਾਲ ਗੱਲ ਕੀਤੀ ਕਿਸੇ, ਅਤੇ ਉਹ ਕਹਿੰਦੇ ਵੀ ਚਲੋ ਸਾਡਾ ਚੱਲ ਰਿਹਾ ਕੰਮ ਵੀ ਤੁਸੀਂ ਆ ਜਾਓ ਕੋਈ ਗੱਲ ਨਹੀਂ। ਫਿਰ ਮੈਂ ਕਿਹਾ ਕੰਬਾਈਨ ਵਾਲੀ ਵੀਡੀਓ ਬਣਾਵਾਂਗੇ। ਫਿਰ ਉੱਥੇ ਕੁਦਰਤੀ ਗਾਣਾ ਚੱਲ ਆ ਗਿਆ ਯਾਦ ਕੰਬਾਈਨ ਵਾਲਾ, ਅਤੇ ਬਣਾ ਕੇ ਪਾਤੀ। ਪੇਂਡੂ ਜੱਟ ਦਾ ਪੁੱਤ ਗੱਲ ਨੇੜੇ ਹੋ ਕੇ ਕਰ ਸੋਣੀਏ, ਨੀ ਹੱਥ ਭਈਏ ਦੇ ਸਨੇਹ ਕੱਲ ਦੀ, ਦੇਖ ਵੱਟ ਤੇ ਖਲੋ ਕੇ ਗੋਰੀਏ, ਨੀ ਕਿਵੇਂ ਜੱਟ ਦੀ ਕੰਬਾਈਨ ਚੱਲਦੀ, ਦੇਖ ਵੱਟ ਤੇ ਖਲੋ ਕੇ ਗੋਰੀਏ, ਨੀ ਕਿਵੇਂ ਜੱਟ ਦੀ ਕੰਬਾਈਨ ਚੱਲਦੀ। ਇਹੋ ਜਿਹੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ 5 Wood ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।